ਕੱਲ੍ਹ ਅਪਰਾਧੀ ਇੰਨੇ ਜ਼ਿਆਦਾ ਤੇਜ਼ ਹੋ ਗਏ ਨੇ ਕਿ ਉਹਨਾਂ ਨੇ ਪੁਲਿਸ ਨੂੰ ਵੀ ਚੱਕਰਾਂ ਦੇ ਵਿੱਚ ਪਾਇਆ ਹੋਇਆ। ਅਜੀਬ ਹੀ ਕੁਝ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਿਵਲ ਹਸਪਤਾਲ ਵਿੱਚ ਦਵਾਈ ਲੈਣ ਦੇ ਲਈ ਲਿਆਂਦਾ ਗਿਆ ਇੱਕ ਕਤਲ ਦਾ ਮਲਜ਼ਮ ਪੁਲਿਸ ਕੋਲੋਂ ਹੱਥ ਛੁੜਾ ਕੇ ਨੋਦੋ 11 ਹੋ ਗਿਆ। ਮਲਜ਼ਮ ਨੇ ਪਲੇਸ ਸੁਮਲਾਸਮਾ ਨੂੰ ਬਾਥਰੂਮ ਜਾਣ ਦੇ ਲਈ ਆਖਿਆ ਪਰ ਜਿਵੇਂ ਹੀ ਪੁਲਿਸ ਨੇ ਉਸ ਦੀ ਹਤਕੜੀ ਖੋਲੀ ਤਾਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਕਿਵੇਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਅਤੇ ਭੱਜਦਾ ਹੋਇਆ ਹਸਪਤਾਲ ਤੋਂ ਬਾਹਰ ਨਿਕਲ ਜਾਂਦਾ ਹੈ ਇਸ ਤੋਂ ਪਹਿਲਾਂ ਪੁਲਿਸ ਨੂੰ ਕੁਝ ਪਤਾ ਚੱਲਦਾ ਤਾਂ ਉਹ ਮੁਲਜ਼ਮ ਭੱਜ ਕੇ ਹਸਪਤਾਲ ਤੋਂ ਬਾਹਰ ਜਾ ਚੁੱਕਿਆ ਸੀ ਇੱਕ ਵਾਰ ਫਿਰ ਦੇਖੋ ਪੁਲਿਸ ਹੱਥੋਂ ਫਰਾਰ ਹੁੰਦੇ ਹਵਾਲਾਤੀ ਦੀ ਇਹ ਸੀਸੀਟੀਵੀ ਵੀਡੀਓ ਹਵਾਲਾਤੀ ਦੇ ਪੁੱਜੇ ਨੇ ਮਗਰੋਂ ਪੁਲਿਸ ਮੁਲਾਸਮਾ ਵਿੱਚ ਭੱਜਣਾ ਪੈ ਗਿਆ ਜਦੋਂ ਤੱਕ ਉਹ ਫਰਾਰ ਹੋਈ ਹਵਾਲਾਤੀ ਨੂੰ ਫੜਨ ਲਈ ਉਸਦੇ ਪਿੱਛੇ ਧੋੜੇ ਅਦੋਂ ਤੱਕ ਉਹ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਸੀ ਇਸ ਮਗਰੋਂ ਥਾਣਾ ਡਿਵੀਜ਼ਨ ਨੰਬਰ 2 ਅਤੇ ਚੌਂਕੀ ਸਿਵਲ ਹਸਪਤਾਲ ਦੀ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਸਪਤਾਲ ਦੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਫਰਾਰ ਹੋਏ ਮਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਫਰਾਰ ਕੋਏ ਮਲਸਮ ਦਾ ਨਾਮ ਸ਼ਤਰੂਗਨ ਉਸ ਦੇ ਵਿਰੁੱਧ ਥਾਣਾ ਮਾਚੀਵਾੜਾ ਵਿਖੇ 2021 ਵਿੱਚ ਕਤਲ ਦਾ ਕੇਸ ਦਰਜ ਹੈ ਜਿਸ ਮਗਰੋਂ ਮਾਚੀਵਾੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਕਰ ਦਿੱਤਾ ਸੀ ਸ਼ਨੀਵਾਰ ਨੂੰ ਉਸ ਨੇ ਸਿਹਤ ਖਰਾਬ ਹੋਣ ਦਾ ਬਹਾਨਾ ਬਣਾਇਆ ਤਾਂ ਖੰਨਾ ਪੁਲਿਸ ਦੇ ਮੁਲਾਜ਼ਮ ਉਸ ਨੂੰ ਕੇਂਦਰੀ ਜੇਲ੍ਹ ਤੋਂ ਲੈ ਕੇ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਲੈ ਕੇ ਆਏ ਇਸ ਦੌਰਾਨ ਮਲਸਮ ਬਾਥਰੂਮ ਦਾ ਬਹਾਨਾ ਲਗਾ ਕੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ